ਤਰੀਕੇ ਨਾਲ ਡਰਾਈਵਰ ਕੱਟੇ ਹੋਏ ਆ ਪੂਰੇ ਪੰਜਾਬ ਦੇ ਟਰੈਕਟਰ ਡਰਾਈਵਰ ਤੋਂ ਗਵਰਨਮੈਂਟ ਆਪਰੇਟਰ ਮੰਡੀ ਬੋਰਡ ਦੇ ਵਿੱਚ ਪਿਛਲੇ 10-15 ਸਾਲ ਤੋਂ ਆਪਣੀਆਂ ਸੇਵਾਵਾਂ ਦਿੰਦੇ ਆ ਰਹੇ ਹਨ। ਜਿਹੜੀਆਂ ਸਾਡੀਆਂ ਸੇਵਾਵਾਂ ਸੀਗੀਆਂ ਉਹ ਆਊਟਸੋਰਸ ਸੇਵਾਵਾਂ ਸੀਗੀਆਂ, ਬੜੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਹਾਂ। ਪਿਛਲੇ ਕੁਝ ਸਮੇਂ ਦੌਰਾਨ ਮੰਡੀ ਬੋਰਡ ਵੱਲੋਂ ਇਹ ਜਿਹੜੀਆਂ ਸੇਵਾਵਾਂ ਨੇ ਇਹਨਾਂ ਨੂੰ ਖਤਮ ਕਰਕੇ ਜਿਹੜਾ ਸਾਡਾ ਕੰਮ ਆ ਇਹ ਠੇਕੇਦਾਰੀ ਕਰਕੇ ਆਊਟਸੋਰਸ 'ਤੇ ਕਰ ਦਿੱਤਾ। ਆਊਟਸੋਰਸ ਦਾ ਮਤਲਬ ਇਹ ਹੋ ਗਿਆ ਵੀ ਜਿਹੜੀ ਸਾਡੀ ਮਸ਼ੀਨਰੀ ਆ ਮਾਰਕੀਟ ਕਮੇਟੀ ਦੇ ਵਿੱਚ, ਚਾਹੇ ਉਹ ਟਰੈਕਟਰ ਆ, ਟੈਂਕਰ ਆ ਜਾਂ ਕੋਈ ਪੋਕਟ ਮਸ਼ੀਨ ਆ, ਉਹ ਲੱਖਾਂ ਦੀ ਜਿਹੜੀ ਮਸ਼ੀਨਰੀ ਆ ਉਹ ਠੇਕੇਦਾਰੀ ਸਿਸਟਮ ਦੇ ਵਿੱਚ ਆ ਗਈ, ਜਿਹਦੇ ਨਾਲ ਸਾਡੇ ਘਰਾਂ ਦੀ ਰੋਜ਼ੀ ਰੋਟੀ ਅਤੇ ਸਾਡੇ ਬੱਚਿਆਂ ਦਾ, ਸਾਡੇ ਪਰਿਵਾਰਾਂ ਦਾ ਜਿਹੜਾ ਪਾਲਣ ਪੋਸ਼ਣ ਜਿਹੜਾ ਭਵਿੱਖ ਆ ਉਹ ਧੁੰਦਲਾ ਹੋ ਰਿਹਾ ਅਤੇ ਸਾਡੇ ਨਾਲ ਬਹੁਤ ਧੱਕੇਸ਼ਾਹੀ ਹੋ ਰਹੀ ਆ। ਅੱਜ ਇੱਥੇ ਬੈਠਣ ਦਾ ਸਾਡਾ ਕੋਈ ਜ਼ਿਆਦਾ ਉਹ ਨਹੀਂ ਸੀ, ਅਸੀਂ ਬੜੇ ਭਾਰੀ ਮਨ ਦੇ ਨਾਲ ਇੱਥੇ ਬੈਠੇ ਹਾਂ ਕਿਉਂਕਿ ਆਪਣੇ ਘਰ ਛੱਡ ਕੇ ਪਰਿਵਾਰਾਂ ਨੂੰ ਛੱਡ ਕੇ ਬਹਿਣਾ ਬੜਾ ਔਖਾ। ਅਤੇ ਸਾਨੂੰ ਉਮੀਦ ਆ ਵੀ ਪੰਜਾਬ ਸਰਕਾਰ ਨੇ, ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਬਹੁਤ ਵਾਅਦੇ ਕੀਤੇ ਸੀ ਔਰ ਸਾਨੂੰ ਆਸ ਵੀ ਆ, ਕਿਉਂਕਿ ਕੁਝ ਸਮਾਂ ਪਹਿਲਾਂ ਸਾਡੀ ਇੱਥੇ ਮੁਲਾਕਾਤ ਹੋਈ ਸੀ ਖੇਤੀਬਾੜੀ ਮੰਤਰੀ ਸਾਹਿਬ ਨਾਲ, ਉਹ ਵੀ ਸਾਨੂੰ ਵਿਸ਼ਵਾਸ ਦਵਾ ਕੇ ਗਏ ਨੇ ਧਾਲੀਵਾਲ ਸਾਹਿਬ, ਅਤੇ ਮੰਡੀ ਬੋਰਡ ਵੀ ਸਾਡੀ ਇਹਨਾਂ ਨਾਲ ਗੱਲਬਾਤ ਚੱਲ ਰਹੀ ਆ, ਜੋ ਕੁਛ ਅਸੀਂ ਕਹਿ ਰਹੇ ਹਾਂ ਉਹ ਤੋਂ ਥੋੜ੍ਹਾ ਜਿਹਾ ਉਲਟੇ ਚੱਲ ਰਹੇ ਨੇ। ਜੋ ਸਾਡੀ ਮੰਗ ਆ ਵੀ ਸਾਨੂੰ ਰੈਗੂਲਰ ਤੋਂ ਪੋਸਟ ਦੇਵੋ ਜਿਹਦੇ ਨਾਲ ਸਾਡਾ ਜਿਹੜਾ ਫਿਊਚਰ ਆ ਸਿਕਿਓਰ ਰਹੇ, ਕਿਉਂਕਿ ਅਸੀਂ ਜਦੋਂ ਟਰੈਕਟਰ ਲੈ ਕੇ ਜਾਂਦੇ ਹਾਂ ਸਰਕਾਰੀ ਕੋਈ ਰੈਲੀਆਂ ਨੇ ਉੱਥੇ ਪਾਣੀ ਵਾਲਾ ਟਰੈਕਟਰ ਲੈ ਕੇ ਜਾਂਦੇ ਹਾਂ, ਕਾਨਫਰੰਸਾਂ ਦੇ ਵਿੱਚ ਕੋਈ ਹਾਦਸਾ ਹੋ ਜਾਵੇ ਸਾਡਾ ਕੌਣ ਜ਼ਿੰਮੇਵਾਰ ਆ, ਠੀਕ ਹੈ ਨਾ। ਉਸ ਤੋਂ ਬਾਅਦ 20-25 ਲੱਖ ਦੀ ਇੱਕ ਮਸ਼ੀਨ ਆ ਉਹ ਕੰਡਮ ਹੋ ਜਾਵੇਗੀ ਅਤੇ ਟਰੈਕਟਰ ਆ ਜਿਹੜਾ ਉਹ ਸਾਰੀ ਮਸ਼ੀਨਰੀ ਠੇਕੇਦਾਰਾਂ ਕੋਲ ਚਲੇ ਜਾਊਗੀ ਅਤੇ ਠੇਕੇਦਾਰ ਦਾ ਜੀ ਕਰੂਗਾ 5,000 ਤੇ ਬੰਦਾ ਰੱਖ ਲੂਗਾ, ਠੇਕੇਦਾਰ ਦਾ ਜੀ ਕਰੂਗਾ ਕਿਸੇ ਹੋਰ ਨੂੰ ਰੱਖ ਲੂਗਾ, ਸਾਡਾ ਉਹਦੇ ਵਿੱਚ ਕੋਈ ਜ਼ੋਰ ਨਹੀਂ। ਕਿਉਂਕਿ ਸਰਕਾਰ ਨੇ ਇੱਕ ਬਹੁਤ ਵਧੀਆ ਮੁਹਿੰਮ ਚਲਾਈ ਆ, ਅਸੀਂ CM ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਹ ਠੇਕੇਦਾਰੀ ਸਿਸਟਮ ਦੇ ਨਾਲ ਅਸੀਂ ਗਰੀਬ ਪਰਿਵਾਰ ਪੱਟੇ ਜਾਵਾਂਗੇ ਅਤੇ ਸਾਡੇ ਵੱਲ ਇਹ ਜ਼ਰੂਰ ਦੇਖੋ, ਕਿਉਂਕਿ ਬਹੁਤ ਘਰਾਂ ਦੀ 50-55 ਪਰਿਵਾਰਾਂ ਜਿਨ੍ਹਾਂ ਦੀ ਰੋਜ਼ੀ ਰੋਟੀ ਦੇ ਅੱਜ ਸਾਤੋਂ ਖੋਈ ਜਾ ਰਹੀ ਆ। ਤੁਸੀਂ ਵੀ ਇੱਥੇ ਮੀਡੀਆ ਵਾਲੇ ਚੱਲ ਕੇ ਆਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਆ, ਕਿਉਂਕਿ ਸਾਡਾ ਪੱਕ ਦਿਖਾਓ, ਪਿਛਲੇ ਲੰਬੇ ਸਮੇਂ ਤੋਂ ਅਸੀਂ ਹੈਰਾਨ ਪਰੇਸ਼ਾਨ ਹੋ ਰਹੇ ਹਾਂ, ਸਾਡੀ ਸੁਣਵਾਈ ਨਹੀਂ ਹੋ ਰਹੀ। ਅਤੇ ਸਰਕਾਰ ਨਾਲ ਜਿਵੇਂ ਤੁਸੀਂ ਦੱਸਿਆ ਕੋਈ ਧਾਰੀਵਾਲ ਆਇਆ ਸੀ, ਉਹਨਾਂ ਵੱਲੋਂ ਕੀ ਆਸ਼ਵਾਸਨ ਤੁਹਾਨੂੰ ਦਿੱਤੇ? ਉਹਨਾਂ ਨਾਲ ਜੀ ਸਾਡੇ ਕੁਛ ਕੁ ਦਿਨ ਪਹਿਲਾਂ ਵੀ ਉੱਥੇ ਸੈਕਟਰੀਏਟ ਮੁਲਾਕਾਤ ਹੋਈ ਸੀਗੀ, ਉਹਨਾਂ ਨੇ ਸਾਨੂੰ ਉਦੋਂ ਵਿਸ਼ਵਾਸ ਦਵਾਇਆ ਸੀਗਾ ਵੀ ਜਿਹੜੀ ਇਹ ਮਤਲਬ ਤੁਹਾਡੇ 'ਤੇ ਚਿੱਠੀ ਅਸੀਂ ਲਾਗੂ ਕੀਤੀ ਆ ਜਾਂ ਮਤਲਬ ਮੰਡੀ ਬੋਰਡ ਨੇ, ਉਹ ਕਹਿੰਦੇ ਵੀ ਗਲਤ ਆ ਵੀ ਠੇਕੇਦਾਰ ਨੂੰ ਤਾਂ ਦੇਣਾ ਨਹੀਂ। ਮੈਡਮ ਇੱਥੇ ਆਓ, ਬੈਠੋ ਅੰਦਰ ਆ ਕੇ, ਮੈਡਮ ਇੱਧਰ ਆ ਜਾਓ, ਇੱਧਰ ਆ ਕੇ ਬੈਠੋ ਸਾਰੇ ਜਣੇ। ਸਾਰੇ ਤੁਸੀਂ ਆ ਰਹੇ ਹੋ, ਐਸ ਟੀ ਸਾਹਿਬ ਇੱਥੇ ਹੀ ਆ ਰਹੇ ਇਹ ਵੀ ਇਕੱਲਾ ਗੱਲਾਂ ਦੇ ਕੜਾਹ ਨਾਲ ਤਾਂ ਕੁਛ ਸਰਨਾ ਨਹੀਂ। ਆਹ ਦੇਖੋ ਮੁੰਡਿਓ, ਜੇ ਮੰਡੀ ਬੋਰਡ ਵਿਖੇ ਪੱਕੇ ਹੋਣਾ ਆਹ ਬਾਈਆਂ ਨੇ ਪੱਕੇ ਡੇਰੇ ਲਾ ਦੇ ਵੀ ਇੱਥੇ ਮੰਡੀ ਬੋਰਡ। ਆ ਇੰਨੇ ਕੁ ਬੰਦੇ ਹੀ ਨਿਤਰਿਆ ਵੀ ਤੜਕੇ ਵਾਲੇ ਕੱਟ ਤੋਂ ਬਸ। ਪ੍ਰਭਾਵ ਬੁਰਾ ਪੈਂਦਾ।